ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਤੇ ਨੈਸ਼ਨਲ ਪਾਰਕਸ ਰਿਲੇਟਡ ਹਰ ਇਗਜ਼ਾਮ ਵਿੱਚ ਓਕੇ ਹਰ ਇਗਜ਼ਾਮ ਵਿੱਚ ਦੋ ਕੁਐਸਚਨ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲਦੇ ਨੇ ਤਾਂ ਵਰਕੇ ਚੰਗੀ ਤਰ੍ਹਾਂ ਇਸ ਵੀਡੀਓ ਨੂੰ ਦੇਖ ਲਓ ਐਂਡ ਰਾਈਟ ਡਾਊਨ ਜ਼ਰੂਰ ਕਰ ਲਓ ਐਂਡ ਇੱਕ ਪ੍ਰੋਬਲਮ ਹੋਰ ਹੁੰਦੀ ਹੈ ਕਿ ਬੱਚੇ ਪੜ੍ਹ ਤਾ ਲੈਂਦੇ ਨੇ ਬਟ ਯਾਦ ਨਹੀਂ ਰਹਿੰਦੇ ਮਤਲਬ ਇਗਜ਼ਾਮ ਵਿੱਚ ਜੇ ਕੁਐਸਚਨ ਆ ਜਾਂਦਾ ਤਾਂ ਮਾਈਂਡ ਵਿੱਚੋਂ ਨਿਕਲ ਜਾਂਦਾ ਵੀ ਕਿਹੜਾ ਪਾਰਕ ਕਿੱਥੇ ਸੀ ਤਾਂ ਉਸ ਬਾਰੇ ਵੀ ਆਪਾਂ ਗੱਲ ਕਰਾਂਗੇ ਕਿਵੇਂ ਆਪਾਂ ਯਾਦ ਰੱਖਣੇ ਨੇ ਟ੍ਰਿਕ ਨਾਲ ਕਿਵੇਂ ਆਪਾਂ ਰਿਲੇਟ ਕਰਕੇ ਯਾਦ ਕਰਨੇ ਨੇ ਤਾਂ ਸਾਰਾ ਕੁਝ ਤੁਹਾਨੂੰ ਸਮਝਾ ਦੇਣਾ ਜਲਦੀ ਨਾਲ じゃ ਇੱਕ ਹੁਣ ਪਹਿਲਾਂ ਵੀਡੀਓ ਨੂੰ ਲਾਈਕ ਕਰ ਲਓ ਫਿਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨੋਟਬੁੱਕ ਉਠਾ ਕੇ ਆਪਣੀ ਨਾਲ ਦੇ ਨਾਲ ਇਸ ਨੂੰ ਰਾਈਟ ਡਾਊਨ ਜ਼ਰੂਰ ਕਰ ਲਓ ਹੁਣ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਕੁਐਸਚਨ ਨੰਬਰ 1 ਦੀ ਗੱਲ ਕਰੀਏ ਤਾਂ ਕਾਰਵੇਟ ਨੈਸ਼ਨਲ ਪਾਰਕ ਕਿੱਥੇ ਆ ਤਾਂ ਉੱਤਰਾਖੰਡ ਵਿੱਚ ਹੈ ਮੈਂ ਕਿਹ ਇਸ ਟੈਕਨੀਕ ਨਾਲ ਇਹਨਾਂ ਨੂੰ ਯਾਦ ਰੱਖਦਾ ਉਹ ਤਰੀਕਾ ਤੁਹਾਨੂੰ ਟ੍ਰਿਕ ਤੁਹਾਨੂੰ ਦੱਸ ਦਿੰਨਾ ਜਿਵੇਂ ਹੁਣ ਕਾਰਬਿਟਰ ਮੈਂ ਕਾਰਬਿਟਰ ਦਾ ਨਾਮ ਪੜ੍ਹ ਲਿਆ ਹੁਣ ਮੈਨੂੰ ਮੇਰੇ ਮਾਈਂਡ ਵਿੱਚ ਕੀ ਆਉਂਦਾ ਹੈ ਕਾਰਬਿਟਰ ਤੋਂ ਕਾਰ ਯਾਦ ਆਉਂਦੀ ਹੈ ਕਾਰ ਹੁਣ ਕਾਰਬਿਟਰ ਕਾਰ ਕਾਰ ਚ ਆਪਾਂ ਬਹਿਨੇ ਆ ਕਾਰ ਚ ਆਪਾਂ ਉਤਰ ਵੀ ਜੰਨੇ ਆ ਕਾਰ ਚ ਉਤਰ ਗਏ ਮਤਲਬ ਉੱਤਰਾਖੰਡ ਤਾਂ ਇਸ ਤਰ੍ਹਾਂ ਇਜ਼ੀਲੀ ਰਿਲੇਟ ਹੋ ਜਾਂਦੇ ਆ ਤੁਸੀਂ ਕਿਸੇ ਨਾਲ ਵੀ ਰਿਲੇਟ ਕਰਕੇ ਆਪਣੇ ਮਾਈਂਡ ਵਿੱਚ ਸੈੱਟ ਕਰ ਸਕਦੇ ਹੋ ਐਗਜ਼ਾਮਪਲ ਟਰ ਤਰਤੇ ਤੇ ਕਾਰਬਿਟਰ ਆਗਾ ਤਾਂ ਕਾਰਬਿਟਰ ਪੜ੍ਹਦੇ ਸਾਰ ਹੀ ਮੇਰੇ ਮਾਈਂਡ ਵਿੱਚ ਕਾਰ ਯਾਦ ਆਉਂਦੀ ਹੈ ਮੈਨੂੰ ਕਾਰ ਤੇ ਕਾਰ ਤਾਂ ਆਪਾਂ ਉਤਰ ਵੀ ਜੰਨੇ ਆ ਤਾਂ ਬੈਠ ਵੀ ਜੰਨੇ ਆ ਉਕੇ ਦੋਸਤੋ ਮੈਂ ਆਪਣੇ ਮਾਈਂਡ ਵਿੱਚ ਇਹ ਕੁਐਸਚਨ ਇਸ ਦਾ ਕੋਈ ਆਨਸਰ ਇਸ ਤਰ੍ਹਾਂ ਸੈਟ ਅਪ ਕੀਤਾ ਹੋਇਆ ਹੈ ਤੁਸੀਂ ਜਿੰਮੇ ਮਰਜ਼ੀ ਰਿਲੇਟ ਕਰ ਲਓ ਜਿੰਮੇ ਤੁਹਾਨੂੰ ਈਜ਼ੀ ਲੱਗੇ ਬਸ ਪਹਿਲੇ ਬਣ ਤੋਂ ਜਿਵੇਂ ਹੁਣ ਸੈਕੰਡ ਕੁਐਸਚਨ ਹੈ ਕਾਨਹਾ نیشنل ਪਾਰਕ ਕਿੱਥੇ ਆ ਕਾਨਹਾ ਤੋਂ ਤੁਹਾਡੇ ਮਾਈਂਡ ਵਿੱਚ ਕੀ ਆ ਰਿਹਾ ਉਹ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਤੇ ਇਸ ਦੀ ਕੋਈ ਟ੍ਰਿਕ ਜੋ ਵੀ ਤੁਹਾਨੂੰ ਠੀਕ ਲੱਗੇ ਉਹ ਵੀ ਵੀਡੀਓ ਵਿੱਚ ਕਮੈਂਟ ਕਰ ਦਿਓ ਠੀਕ ਹੈ ਕਾਹਨਾ نیشنل ਪਾਰਕ ਕਿੱਥੇ ਹੈ ਮੱਧ ਪ੍ਰਦੇਸ਼ ਵਿੱਚ ਤੇ ਇਹ ਕਦੋਂ ਬਣਿਆ ਸੀ 1955 ਈਸਵੀ ਵਿੱਚ ਬਣਿਆ ਸੀ ਐਗਜ਼ਾਮ ਵਿੱਚ ਤੁਹਾਡੇ ਤੋਂ ਇਹ ਨਹੀਂ ਪੁੱਛਿਆ ਜਾਵੇਗਾ ਕਿ ਕਦੋਂ ਬਣਾਇਆ ਗਿਆ ਸੀ ਐਗਜ਼ਾਮ ਵਿੱਚ ਦਸ ਲੋਕੇਸ਼ਨ ਪੁੱਛੇ ਜਾਵੇਗੇ ਕਿ ਇਹ نیشنل ਪਾਰਕ ਕਿੱਥੇ ਹੈ ਕਾਹਨਾ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਕਾਹਨਾ ਆਪਣਾ ਬੱਚਾ ਹੁੰਦਾ ਇੱਕ ਛੋਟਾ ਜਿਹਾ ਨਾ ਕ੍ਰਿਸ਼ਨ ਵੀ ਚਾਹ ਦਿੰਦੇ ਉਹਨਾਂ ਨੂੰ ਆਪਾਂ ਤਾਂ ਕਾਹਨਾ ਕਾਹਨਾ ਵੱਡਾ ਤੋਂ ਮੈਨੂੰ ਇੱਕ ਬੱਚਾ ਯਾਦ ਆਉਂਦਾ ਮੇਰੀ ਮਾਈਂਡ 'ਚ ਸੈੱਟ ਹੋ ਰਹੀ ਹੈ ਇਹ ਗੱਲ ਕਿ ਬੱਚਾ ਤੇ ਮੱਧ ਪ੍ਰਦੇਸ਼ ਤੋਂ ਮੈਨੂੰ ਮ ਯਾਨੀ ਮਾਂ ਯਾਦ ਆਉਂਦੀ ਹੈ ਹੁਣ ਬੱਚਾ ਮਾਤਾ ਰਿਲੇਸ਼ਨ ਆਪਾਂ ਸਮਝ ਸਕਦੇ ਹਾਂ ਤਾਂ ਇਜ਼ੀਲੀ ਇਹ ਰਿਲੇਟ ਹੋ ਜਾਂਦਾ ਇਸ ਤਰ੍ਹਾਂ ਤੇ ਕੁਐਸਚਨ ਨੰਬਰ ਤਿੰਨ ਦੀ ਗੱਲ ਕਰੀਏ ਤਾਂ ਡੋਵਾ ਨੈਸ਼ਨਲ ਪਾਰਕ ਕਿੱਥੇ ਹੈ ਇਹ ਮਹਾਰਾਸ਼ਟਰ ਵਿੱਚ ਹੈ ਹੁਣ ਤਾਂ ਡੋਬਾ ਤੋਂ ਆਪਾਂ ਰਿਲੇਟ ਕਰ ਲੈਣਾ ਕੋਈ ਵਰਡ ਕਿ ਡੋਬਾ ਜਾਂ ਡੁੱਬਣਾ ਹਨਾ ਡੋਬਾ ਡੁੱਬਣਾ ਇੱਕੋ ਗੱਲ ਹੁੰਦੀ ਹੈ ਤੇ ਇਸ ਵਰਡ ਵਿੱਚ ਇਹ ਵਰਡ ਨਿਕਲਦਾ ਹੈ ਤਾਂ ਡੋਬਾ ਯਾਨੀ ਆਪਾਂ ਗੋਤਾ ਵੀ ਕਹਿ ਸਕਦੇ ਆ ਇਹਨੂੰ ਹਨਾ ਤੇ ਮਹਾਰਾਸ਼ਟਰ ਤੋਂ ਆਪਾਂ ਕਿ ਆਈਡੀਆ ਲਗਾ ਸਕਦੇ ਆ ਕਿਵੇਂ ਸੈੱਟ ਕਰ ਸਕਦੇ ਆ ਮਹਾਰਾਸ਼ਟਰ ਮਾਹਰ ਕਿ ਇਹ ਬੰਦਾ ਗੋਤਾ ਲਗਾਉਣ ਵਿੱਚ ਡੋਬਾ ਲਗਾਉਣ ਵਿੱਚ ਮਾਹਰ ਹੈ इजीली ਸੈੱਟ ਹੋ ਗਿਆ ਡੋਬਾ ਨਾਲ ਮਹਾਰਾਸ਼ਟਰ ਓਕੇ ਦੋਸਤੋ ਕੁਐਸਚਨ ਨੰਬਰ 4 ਦੀ ਗੱਲ ਕਰੀਏ ਮਾਦਵ ਨੈਸ਼ਨਲ ਪਾਰਕ ਕਿੱਥੇ ਹੈ ਮਾਦਵ इजीली ਦੇਖੋ ਨਾਮ ਮੈਚ ਹੋ ਰਿਹਾ ਨਾ ਇਹਨਾਂ ਦਾ ਮਾਦਵ ਤੇ ਮੱਧ ਪ੍ਰਦੇਸ਼ इजीली ਹੁਣ ਤੁਸੀਂ ਯਾਦ ਕੁਐਸਚਨ ਜੇ ਤੁਹਾਨੂੰ ਐਗਜ਼ਾਮ ਵਿੱਚ ਇਹ ਪੁੱਛ ਲਿਆ ਜਾਂਦਾ ਤਾਂ ਮਾਦਵ ਨੂੰ ਮੱਧ ਨਾਲ ਤੁਸੀਂ ਮਾਈਂਡ ਵਿੱਚ ਸੈੱਟ ਕਰ ਲਓਗੇ ਤੇ ਇਹ ਤੁਹਾਨੂੰ इजीली ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਸ ਦਾ ਆਨਸਰ ਜਿਹੜਾ ਹੈ ਉਹ ਮੱਧ ਪ੍ਰਦੇਸ਼ ਹੈ ਕੁਐਸਚਨ ਨੰਬਰ 5 ਦੀ ਗੱਲ ਕਰੀਏ ਬੰਦਵਗੜ ਨੈਸ਼ਨਲ ਪਾਰਕ ਕਿੱਥੇ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮ ਵਿੱਚ ਪੁੱਛਿਆ ਵੀ ਜਾ ਚੁੱਕਿਆ ਹੈ ਪਹਿਲਾਂ ਤਾਂ ਬੰਦਵਗੜ ਜਿਹੜਾ ਨੈਸ਼ਨਲ ਪਾਰਕ ਹੈ ਇਹ ਮੱਧ ਪ੍ਰਦੇਸ਼ ਵਿੱਚ ਤਾਂ 1964 ਈਸਵੀ ਵਿੱਚ ਬਣਾਇਆ ਸੀ ਤਾਂ ਹੁਣ ਮੈਂ ਟ੍ਰਿਕ ਤੁਹਾਨੂੰ ਇੱਕ ਦੱਸਤੀ ਵੀ ਕਿਵੇਂ ਤੁਸੀਂ ਰਿਲੇਟ ਕਰਕੇ ਯਾਦ ਰੱਖ ਸਕਦੇ ਹੋ ਬਾਕੀ ਆਪਾਂ ਜਲਦੀ ਜਲਦੀ ਕੁਐਸਚਨ ਕਵਰ ਕਰ ਲੈਂਦੇ ਹੁਣ ਕੁਐਸਚਨ ਨੰਬਰ 6 ਦੀ ਗੱਲ ਕਰੀਏ ਕਾਜ਼ੀਰੰਗਾ ਨੈਸ਼ਨਲ ਪਾਰਕ ਕਿੱਥੇ ਆ ਤਾਂ ਅਸਾਮ ਵਿੱਚ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਵੀ ਤਾਂ ਕਰਕੇ ਧਿਆਨ ਰੱਖਿਓ ਅਸਾਮ ਵਿੱਚ ਹੈ ਕਾਜ਼ੀਰੰਗਾ ਕੁਐਸਚਨ ਨੰਬਰ 7 ਦੀ ਗੱਲ ਕਰੀਏ ਬੰਦੀਪੁਰ ਨੈਸ਼ਨਲ ਪਾਰਕ ਕਿੱਥੇ ਹੈ ਇਹ ਕਰਨਾਟਕਾ ਵਿੱਚ ਹੈ ਦੇ 1974 34ਵਿਚ ਇਹ ਬਣਿਆ ਸੀ ਕੁਐਸਚਨ ਨੰਬਰ 8 ਦੀ ਗੱਲ ਕਰੀਏ ਬੈਨਰਕਾਟਾ نیشنل پارک ਕਿੱਥੇ ਹੈ ਤਾਂ ਕਰਨਾਟਕਾ ਵਿੱਚ ਹੈ ਬੈਨਰਕਾਟਾ ਬੈਨਰਕਾਟਾ نیشنل پارک ਕੁਐਸਚਨ ਨੰਬਰ 9 ਦੀ ਗੱਲ ਕਰੀਏ ਗਿਰ نیشنل پارک ਕਿੱਥੇ ਹੈ ਇਹ ਗੁਜਰਾਤ ਵਿੱਚ ਹੈ ਇਸ ਨੂੰ ਮੈਂ ਕਿਵੇਂ ਯਾਦ ਰੱਖਿਆ ਹੋਇਆ ਹੈ ਗੁਜਰਾਤ ਜਿਹੜਾ ਨਰਿੰਦਰ ਮੋਦੀ ਆ ਉਹ ਗੁਜਰਾਤ ਤੋਂ ਹੈ ਮਤਲਬ ਗੁਜਰਾਤ ਦਾ ਰਹਿਣ ਵਾਲਾ ਹੈ ਤਾਂ ਲੱਗੇ ਉਸ ਗਿਰ ਤੋਂ ਉਸ ਇਨਸਾਨ ਤੋਂ ਆਪ ਨੂੰ ਲੱਗਦਾ ਕਿ ਨਰੇਂਦਰ ਮੋਦੀ ਇੰਨਾ ਗਿਰਿਆ ਹੋਇਆ ਹੈ ਜਿਹੜਾ ਉਹ ਗੁਜਰਾਤ ਵਿੱਚ ਰਹਿੰਦਾ ਤਾਂ ਇਸ ਤਰ੍ਹਾਂ ਮੇਰੇ ਮਾਈਂਡ ਵਿੱਚ ਇਹ ਗੱਲ ਸੈੱਟ ਕੀਤੀ ਹੋਈ ਹੈ ਮੈਂ ਤੇ ਕੁਐਸਚਨ ਨੰਬਰ 10 ਦੀ ਗੱਲ ਕਰੀਏ ਇੰਦਰਾ ਪ੍ਰਦਰਸ਼ਨੀ ਪਿਚ نیشنل پارک ਕਿੱਥੇ ਹੈ ਇਹ ਮੱਧ ਪ੍ਰਦੇਸ਼ ਹੈ ਉਹ ਕਿ ਦੋਸਤੋ ਇੱਕ ਗੱਲ ਹੋਰ ਜੇ ਤੁਸੀਂ ਇਸ ਇੰਪੋਰਟੈਂਟ ਪੀਡੀਐਫ ਫਾਈਲ ਨੂੰ ਪਰਚੇਸ ਕਰਨਾ ਚਾਹੁੰਦੇ ਹੋ ਜਿਸ ਦਾ ਪ੍ਰਾਈਸ ਸਿਰਫ 44 ਰੁਪਏ ਹੈ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਕਿਸੇ ਵੀ ਐਗਜ਼ਾਮ ਦੇ ਰਿਲੇਟਡ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਇ ਕਰ ਸਕਦੇ ਹੋ ਹਰ ਟੌਪਿਕ ਦੇ ਰਿਗਾਰਡਿੰਗ ਜਿਹੜੀ ਵੀ ਇੰਪੋਰਟੈਂਟ ਕੁਐਸਚਨ ਬਣਦੇ ਨੇ ਐਗਜ਼ਾਮ ਵਿੱਚ ਉਸ ਟਾਈਪ ਦੇ ਕੁਐਸਚਨ ਦੀ ਪੀਡੀਐਫ ਫਾਈਲ ਤੁਹਾਨੂੰ ਸਿਰਫ 44 ਰੁਪਏ ਵਿੱਚ ਪ੍ਰੋਵਾਈਡ ਕਰਵਾਈ ਜਾਏਗੀ ਕਾਫੀ ਕੈਂਡੀਡੇਟਸ ਨੇ ਆਲਰੇਡੀ ਇਹ ਪੀਡੀਐਫ ਫਾਈਲ ਬਾਇ ਕਰ ਲਿਆ ਜੇ ਤੁਸੀਂ ਵੀ ਆਪਣੇ ਐਗਜ਼ਾਮ ਦੀ ਤਿਆਰੀ ਨੂੰ ਪਰਫੈਕਟ ਬਣਾਉਣਾ ਚਾਹੁੰਦੇ ਹੋ ਤਾਂ ਪੀਡੀਐਫ ਫਾਈਲ ਨੂੰ ਜ਼ਰੂਰ ਬਾਇ ਕਰ ਲਓ ਕੁਐਸਚਨ ਨੰਬਰ 11 ਦੀ ਗ ਕਵੈਸਚਨ ਨੰਬਰ 12 ਦੀ ਗੱਲ ਕਰੀਏ ਨਵੇਗਾਓ نیشنل پارک ਵੀ ਮਹਾਰਾਸ਼ਟਰ ਵਿੱਚ ਹੈ ਕਿਉਂਕਿ ਇਹ ਸ਼ਹਿਰ ਸ਼ਹਿਰ ਦਾ ਨਾਮ ਹੈ ਮੁੰਬਈ ਦੇ ਕੋਲ ਪੈਂਦਾ ਤਾਂਮਰ ਕੇ ਨਵੇਗਾਓ ਇਜ਼ੀਲੀ ਇਸ ਨਾਲ ਸੈਟਅਪ ਹੋ ਜਾਂਦਾ ਹੈ ਕਵੈਸਚਨ ਨੰਬਰ 13 ਦੀ ਗੱਲ ਕਰੀਏ ਪਿੰਚ نیشنل پارک ਕਿੱਥੇ ਹੈ ਇਹ ਵੀ ਮਹਾਰਾਸ਼ਟਰ ਵਿੱਚ ਹੈ ਕਵੈਸਚਨ ਨੰਬਰ 14 ਦੀ ਗੱਲ ਕਰੀਏ ਬਲੈਕਬੱਕ نیشنل پارک ਕਿੱਥੇ ਹੈ ਤੇ ਬਲੈਕਬੱਕ ਬਾਰੇ ਦੱਸਦਾ ਜਿਹੜਾ ਆਪਣਾ ਪੰਜਾਬ ਦਾ ਨੈਸ਼ਨਲ ਐਨੀਮਲ ਹੈ ਉਹ ਬਲੈਕਬੱਕ ਹੀ ਹੈ ਮਤਲਬ ਕਾਲਾ ਹਿਰਨ ਹੈ ਤੇ ਇਹ پارک ਹੈ ਕਿ ਜਿਹੜਾ ਗੁਜਰਾਤ ਵਿੱਚ ਹੈ ਤੇ ਉਹ 272 ਵਿੱਚ ਜਿਹੇ ਬਣਿਆ ਸੀ ਕੁਐਸਚਨ ਨੰਬਰ 15 ਦੀ ਗੱਲ ਕਰੀਏ ਗਿੰਡੀ نیشنل پارک ਕਿੱਥੇ ਆ ਇਹ ਤਾਮਿਲਨਾਡੂ ਵਿੱਚ ਹੈ ਕੁਐਸਚਨ ਨੰਬਰ 16 ਦੀ ਗੱਲ ਕਰੀਏ ਕਿ ਬੁੱਲ ਲਾਮਜਾਓ نیشنل پارک ਕਿੱਥੇ ਹੈ ਇਹ ਮਨੀਪੁਰ ਵਿੱਚ ਹੈ ਅਣ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੁੱਧਵਾ نیشنل پارک ਕਿੱਥੇ ਹੈ ਇਹ ਉੱਤਰ ਪ੍ਰਦੇਸ਼ ਦਾ ਕਾਫੀ ਇੰਪੋਰਟੈਂਟ ਪੁਆਇੰਟ ਹੈ ਟੌਪਿਕ ਹੈ ਵੀ ਕੁਐਸਚਨ ਨੰਬਰ 18 ਦੀ ਗੱਲ ਕਰੀਏ ਦੁੱਧਵਾ نیشنل پارک ਕਿੱਥੇ ਹੈ ਉੱਤਰ ਪ੍ਰਦੇਸ਼ ਵਿੱਚ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ ਵੀ ਐਗਜ਼ਾਮ ਵਿੱਚ ਕਾਫੀ ਵਾਰ ਰਿਪੀਟ ਹੋ ਚੁੱਕਾ ਹੈ ਕਵੈਸਚਨ ਨੰਬਰ 19 ਦੀ ਗੱਲ ਕਰੀਏ ਇਰਾਵਿਕ ਕੁਲੰਬ نیشنل پارک ਕਿੱਥੇ ਆ ਇਹ ਕੇਰਲ ਵਿੱਚ ਆ ਕਵੈਸਚਨ ਨੰਬਰ 20 ਦੀ ਗੱਲ ਕਰੀਏ ਵਸੰਦਾ نیشنل پارک ਕਿੱਥੇ ਹੈ ਇਹ ਗੁਜਰਾਤ ਵਿੱਚ ਹੈ ਕਵੈਸਚਨ ਨੰਬਰ 21 ਦੀ ਗੱਲ ਕਰੀਏ ਬਨ ਵਿਹਾਰ ਨੈਸ਼ਨਲ پارک ਕਿੱਥੇ ਆ ਮੱਧ ਪ੍ਰਦੇਸ਼ ਵਿੱਚ ਆ ਓਕੇ ਦੋਸਤੋ ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਆ ਬਾਕੀ ਦੇ ਜਿਹੜੇ ਨੈਸ਼ਨਲ ਪਾਰਕ ਆ ਤੁਹਾਨੂੰ ਮੈਂ ਨੈਕਸਟ ਕਲਾਸ ਵਿੱਚ ਸਮਝਾ ਦਾਂਗੇ ਇਸ ਤੋਂ ਇਲਾਵਾ ਕਾਫੀ ਹੋਰ ਨੈਸ਼ਨਲ ਇੰਪੋਰਟੈਂਟ ਨੈਸ਼ਨਲ ਪਾਰਕਸ ਨੇ ਏ ਵੀ ਆਪਾਂ ਕਵਰ ਕਰ ਲਾਂਗੇ ਹੌਲੀ ਹੌਲੀ ਕੋਈ ਦਿੱਕਤ ਨਹੀਂ ਹੈ ਜੇ ਤੁਸੀਂ ਇਹ ਪੀਡੀਐਫ ਫਾਈਲ ਲੈਣਾ ਚਾਹੁੰਦੇ ਹੋ ਤਾਂ ਇੰਸਟਾਗ੍ਰam ਤੇ ਫੋਲੋ ਕਰਕੇ ਮੈਨੂੰ ਮੈ ਨਾਲ ਗੱਲ ਕਰਕੇ ਫਿਰ ਤੁਸੀਂ ਇਸ ਪੀਡੀਐਫ ਫਾਈਲ ਨੂੰ ਬਾਇਕ ਕਰ ਸਕਦੇ ਹੋ 44 ਰੁਪਏ ਵਿੱਚ ਤੇ ਜੇ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਲਓ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਓ